ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਅਬੋਹਰ ਵਿੱਚ ਇੱਕ ਕਾਂਗਰਸੀ ਨੇਤਾ ਦੇ ਬੇਟੇ ਨਾਲ ਇੱਕ ਮਹੀਨਾ ਪਹਿਲਾਂ ਵਿਆਹੀ ਨਵਵਿਆਹੁਤਾ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਲੜਕੀ ਵੱਲੋਂ ਗਲ ਵਿੱਚ ਫੰਦਾ ਲਗਾ ਕੇ ਆਤਮ ਹੱਤਿਆ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ, ਜਦਕਿ ਦੂਜੇ ਪਾਸੇ ਮ੍ਰਿਤਕ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਇਸ ਨੂੰ ਦਹੇਜ ਦੀ ਖਾਤਰ ਕੀਤੀ ਗਈ ਹੱਤਿਆ ਦੱਸਿਆ ਜਾ ਰਿਹਾ ਹੈ। ਮ੍ਰਿਤਕ ਲੜਕੀ ਦੇ ਪਿਤਾ ਅਤੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੜਕੀ ਦੇ ਸਹੁਰਾ ਘਰ ਵਾਲਿਆਂ ਵੱਲੋਂ ਉਸ ਨੂੰ ਦਹੇਜ ਘੱਟ ਲਿਆਉਣ ਲਈ ਵਾਰ ਵਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਦੇ ਚੱਲਦਿਆਂ ਲੜਕੀ ਦੇ ਸਹੁਰਾ ਘਰ ਵਾਲਿਆਂ ਨੇ ਉਸ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ, ਜਿਸ ਨੂੰ ਆਤਮ ਹੱਤਿਆ ਦਾ ਨਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਹਨਾਂ ਨੂੰ ਲੜਕੀ ਦੀ ਮੌਤ ਦੇ ਘਾਟ ਉਤਾਰਨ ਵਾਲੇ ਦੋਸ਼ੀਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਕਿ ਅਜਿਹੀ ਘਟਨਾ ਕਿਸੇ ਹੋਰ ਦੀ ਲੜਕੀ ਦੇ ਨਾਲ ਨਾ ਹੋਵੇ। ਗੋਪੀ ਰਾਮ ਜੀ ਕਾ ਯਹਾਂ ਸੇ ਫੋਨ ਗਿਆ ਰਾਮ ਕੁਮਾਰ ਕੇ ਪਾਸ ਹੈ, ਵੀ ਲੜਕੀ ਜ਼ਿਆਦਾ ਸੀਰੀਅਸ ਹੈ, ਹੋਸਪਿਟਲ ਮੇਂ ਹੈ, ਫਿਰ ਹਮ ਵਹਾਂ ਸੇ ਜਾਣੇ ਲਗੇ। ਉਸਕੇ ਬਾਅਦ ਥੋੜ੍ਹੀ ਦੇਰ ਬਾਅਦ ਫੋਨ ਆਇਆ ਕਿ ਉਹਨੇ ਤੋਂ ਫਾਂਸੀ ਲਗਾ ਲਈ ਹੈ, ਆਤਮ ਹੱਤਿਆ ਕਰ ਲਈ ਹੈ। ਹਮਨੇ ਯਹਾਂ ਆ ਕੇ ਦੇਖਾ ਤਾਂ ਫਾਂਸੀ ਲਗਾਈ ਨਹੀਂ ਦੀ ਗਈ ਹੈ ਫਾਂਸੀ। ਹਮ ਕਾਨੂੰਨ ਸੇ ਸਭੀ ਸੇ ਯੇ ਵੀ ਯਹੀ ਕਹਤੇ ਹੈ ਵੀ ਸਖ਼ਤ ਸੇ ਸਖ਼ਤ ਕਾਰਵਾਈ ਹੋ, ਉਨਕੋ ਅਭੀ ਗ੍ਰਿਫਤਾਰ ਕੀਆ ਜਾਏ, ਹਮਾਰੇ ਕੋ ਪੂਰਾ ਇਨਸਾਫ ਮਿਲੇ। ਬਿਲਕੁਲ ਬਿਲਕੁਲ ਜੀ, ਇਹ ਬਾਤ ਦੋ ਦਿਨ ਪਹਿਲੇ ਕੀ ਬਾਤ ਹੈ, ਆਠ ਦਿਨ ਪਹਿਲੇ ਕੀ ਬਾਤ ਹੈ। ਰਾਮ ਕੁਮਾਰ ਬੋਲ ਰਿਹਾ ਤਾਂ ਮੈਂ ਯਾਰ ਧਨ ਤੋਂ ਬਹੁਤ ਲਗਾਇਆ ਹੈ, ਫਿਰ ਵੀ ਉਹ ਧਨ ਕੀ ਮੰਗ ਕਰ ਰਹੇ ਹੈ। ਬਿਲਕੁਲ ਜੀ, ਦੇਜ ਕੇ ਚਲਤੇ ਇਹ ਕੰਮ ਕੀਆ ਉਹਨੇ। ਅਭੀ ਐਸ ਐਚ ਓ ਸਾਹਿਬ ਸੇ ਬਾਤ ਹੋਈ ਥੀ, ਬੋਲ ਤੋ ਰਹੇ ਥੇ ਗੋਪੀ ਰਾਮ ਔਰ ਉਹ ਦੋਨੋਂ ਕੋ ਤੋ ਕਰ ਲਿਆ ਗਿਆ, ਲੜਕਾ ਅਭੀ ਫਰਾਰ ਹੈ। ਬਾਤ ਦੇਜ ਕੇ ਮਾਮਲੇ ਮੇਂ ਤੰਗ ਕਰਤੇ ਥੇ। ਮੇਰਾ ਨਾਮ ਰਾਮ ਕੁਮਾਰ ਹੈ ਔਰ ਯਹਾਂ ਅਬੋਹਰ ਬਿਹਾਰੀ ਕੇ ਗੋਪੀ ਰਾਮ ਕੇ ਸੰਦੜ ਕੇ ਲੜਕੇ ਵਿਵੇਕ ਜੀ, ਵਿਵੇਕ ਜੀ ਉਹਨੇ ਮਟਰ ਕਰ ਦੀ ਹੈ, ਮਾਰ ਦਿੱਤੀ ਹੈ। ਮਾਂਗ ਸਖ਼ਤ ਸੇ ਸਖ਼ਤ ਕਾਰਵਾਈ ਹੋਣੀ ਚਾਹੀਦੀ। ਮਾਰਾ ਗਿਆ ਉਹ ਗੋਪੀ ਰਾਮ ਸੰਦੜ ਨੇ ਜੀ, ਉਹ ਪਹਿਲੇ ਤੋਂ ਬੋਲੇ ਕਿ ਬਿਮਾਰ ਹੈ ਸਰਕਾਰ ਮੰਦਰ ਤੋਂ ਬਾਅਦ, ਫਿਰ ਦੂਸਰੇ ਬਾਈ ਨੇ ਪਤਾ ਕਰਿਆ ਉਹ ਕਹਿੰਦੇ ਮੌਤ ਲਈ ਤੋਂ ਸੁਸਾਈਡ ਕਰ ਲਿਆ। ਬੋਲੇ ਜੀ ਬਸ ਲੜਕੀ ਕੀ ਮਤਲਬ ਕਿ ਧਨਗੇ ਬਾਰੇ ਮੈਂ ਜੀ ਕੋ ਕੰਮ ਦੇ ਦਿਆ, ਐਸੇ ਦੇ ਦਿਆ, ਵੈਸੇ ਦੇ ਦਿਆ, ਇਸ ਬਾਤ ਮੈਂ ਜੀ ਪਰੇਸ਼ਾਨੀ ਕਰੇ ਸੀ ਜੀ। ਹਾਂ ਆਪ ਹੋਰ ਵਿਆਹੀ ਸੀ ਜੀ, ਰਮੀਨਾ ਜੀ, ਦਸਵਾਂ ਮਹੀਨਾ ਜੀ, 18 ਤਰੀਕੀ ਸੀ ਜੀ। ਮਾਰੇ ਕੋਲ ਇੱਕ ਵਾਰ ਬੋਲਿਆ, ਫਿਰ ਬਾਅਦ ਮੈਂ ਜੀ ਕੋਈ ਬਾਤ ਨਹੀਂ ਕਰ ਦੇਗਾ ਮੰਗ ਪੂਰੀ, ਤੁਹਾਨੂੰ ਟਾਈਮ ਲੱਗੇ ਕੋਈ ਮੋਟੀ ਬਾਤ ਨਹੀਂ ਜੀ। ਤੋਂ ਔਰ ਕੁਛ ਦੰਗੇ ਬਾਰੇ ਮੈਂ ਜੀ ਚੱਲਦੀ ਜੀ ਬਾਤ ਜੀ, ਲੜਕੀ ਨੇ ਜੀ ਆ ਮਾਰਦੀ ਜੀ, ਲੜਕੀ ਨੇ ਫਾਂਸੀ ਦੇ ਕੇ ਮਾਰੀ ਲੜਕੀ ਨੇ ਜੀ। ਮੰਗ ਤਾਂ ਇਸੇ ਕਰਿਆ ਜੀ, ਇਨਕੋ ਤੋਂ ਇਨਕੀ ਸਜ਼ਾ ਹੋਣੀ ਸੀ ਇਨਕੀ ਜੀ, ਆ ਬਾਤ ਹੈ ਕੁਛ ਇਨਕੀ ਸਭ ਪਰਿਵਾਰ ਕੀ ਸਜ਼ਾ ਹੋਣੀ ਸੀ ਇਸਨੂੰ। ਰਾਮ ਚੰਦ ਮੈਂ ਤੋ ਬੜਾ ਨਾਨਾ ਹੂੰ, ਲੜਕੀ ਹੋਸਪਿਟਲ ਗਏ, ਮੈਂ ਮੁਰਦਾ ਕੋਠੜੀ ਕੇ ਅੰਦਰ ਸਵਾਰ ਕੀ ਥੀ ਔਰ ਇਸਕਾ ਫਾਇਆ ਦੇ ਰਿਹਾ ਥਾ, ਹਾਂ ਨਿਸ਼ਾਨ ਹੋ ਜੀ ਦੇਜਗੀ ਖਾਤਰ। ਇਹਨਾਂ ਨੇ ਫੋਨ ਕਰਿਆ ਕਹਿ ਕੇ ਉਹ ਫਾਂਸੀ ਲੈ ਗਏ ਗੁਜ਼ਰਗੀ ਕੇ, ਅਬੋਹਰ ਪਹੁੰਚ ਗਏ ਸੀ ਅਸੀਂ 1 ਵਜੇ ਨੇ। ਉੱਥੇ ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ 2 ਦੇ ਅਧਿਕਾਰੀ ਮੋਹਨ ਲਾਲ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮ੍ਰਿਤਕ ਲੜਕੀ ਵੱਲੋਂ ਆਤਮ ਹੱਤਿਆ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ, ਪਰ ਉਹਨਾਂ ਨੇ ਮ੍ਰਿਤਕ ਲੜਕੀ ਦੇ ਪਿਤਾ ਰਾਮ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਲੜਕੀ ਦੇ ਪਤੀ, ਸਹੁਰੇ ਅਤੇ ਸੱਸ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਤਫਤੀਸ਼ ਵਿੱਚੋਂ ਜੋ ਵੀ ਸਾਹਮਣੇ ਆਵੇਗਾ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਜੀ ਉਹਨਾਂ ਨੇ ਆਪਣੇ ਗੱਲ ਵਿੱਚ ਉਹਨਾਂ ਨਾਲ ਫਾਹਾ ਲੈ ਕੇ ਆਤਮ ਹੱਤਿਆ ਆ ਰਹੀ ਹੈ ਸਾਹਮਣੇ, ਬਾਕੀ ਜੋ ਵੀ ਤਫਤੀਸ਼ ਹੋਏਗੀ ਅਕੋਰਡਿੰਗ ਟੂ ਤਫਤੀਸ਼। ਇਹ ਜੀ ਆਪਣੇ ਲੜਕੀ ਦੇ ਪਿਤਾ ਰਾਮ ਕੁਮਾਰ ਜੋ ਸਿਰਸਾ ਨਿਵਾਸੀ ਨੇ, ਉਹਨਾਂ ਦੇ ਬਿਆਨਾਂ 'ਤੇ ਕੇਸ ਰਜਿਸਟਰ ਹੋਇਆ ਸੀ। ਇੱਕ ਵਿਵੇਕ ਸੰਦੜ, ਗੋਪੀ ਰਾਮ ਅਤੇ ਉਸਦੀ ਪਤਨੀ, ਤਿੰਨਾਂ ਦੇ ਖਿਲਾਫ਼ ਇਹ ਮੁਕੱਦਮਾ ਦਰਜ ਕੀਤਾ ਜੀ। ਫਾਜ਼ਿਲਕਾ ਤੋਂ ਸੁਰਿੰਦਰਜੀਤ ਸਿੰਘ ਦੀ ਰਿਪੋਰਟ। ਦਿਲਾਂ ਦੀ ਸਾਂਝ ਤੇ ਮੁਹੱਬਤਾਂ ਦੇ ਪੈਗਾਮ ਵੰਡਦਾ ਪੰਜਾਬ ਪੰਜਾਬੀਅਤ ਨਾਲ ਭਰਪੂਰ ਸਾਂਝ ਟੀਵੀ, ਵਿਦੇਸ਼ਾਂ 'ਚ ਬੈਠੇ ਆਪਣਿਆਂ ਨੂੰ ਦੇਸ਼ ਦੀ ਮਿੱਟੀ ਨਾਲ ਜੋੜਦਾ ਸਾਂਝ ਟੀਵੀ, ਧਾਰਮਿਕ ਪ੍ਰੋਗਰਾਮ, ਸੱਭਿਆਚਾਰਕ ਮੇਲੇ, ਵਿਆਹ ਸ਼ਾਦੀ, ਛਿੰਜ ਮੇਲੇ, ਕਬੱਡੀ ਟੂਰਨਾਮੈਂਟ ਦਾ ਲਾਈਵ ਬ੍ਰੌਡਕਾਸਟ ਦੇਸ਼ ਵਿਦੇਸ਼ ਵਿੱਚ ਕਰਵਾਉਣ ਲਈ ਡੀਜੀ ਕੇਬਲ ਫਗਵਾੜਾ ਅਤੇ ਸਾਂਝ ਟੀਵੀ ਨਾਲ ਸੰਪਰਕ ਕਰੋ।